ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਜਿਸ ਦਾ ਸਿਰਲੇਖ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਦਰਸ਼ਨ ਆ ਉਸ ਦਾ ਅਗਲਾ ਇਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ 8ਵਾਂ ਅੰਕ ਪੰਝਾ ਪਿਆਰਿਆਂ ਕੋਲੋਂ ਗੁਰੂ ਜੀ ਦਾ ਅੰਮ੍ਰਿਤ ਛਕਣਾ ਇਸ ਪਿੱਛੋਂ ਗੁਰੂ ਜੀ ਨੇ ਪੰਝਾ ਪਿਆਰਿਆਂ ਨੂੰ ਉਸੇ ਤਰ੍ਹਾਂ ਅੰਮ੍ਰਿਤ ਤਿਆਰ ਕਰਨ ਲਈ ਆਗਿਆ ਕੀਤੀ ਜਿਵੇਂ ਕਿ ਉਹਨਾਂ ਨੇ ਆਪ ਤਿਆਰ ਕੀਤਾ ਸੀ ਅਤੇ ਦੂਜੇ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਦਾ ਹੁਕਮ ਦਿੱਤਾ ਪੰਜ ਪਿਆਰੇ ਇਕੱਠੇ ਬੈਠ ਗਏ ਤੇ ਉਹਨਾਂ ਨੇ ਗੁਰੂ ਜੀ ਤੋਂ ਪ੍ਰੇਰਣਾ ਲੈ ਕੇ ਉਸੇ ਪ੍ਰਕਾਰ ਅੰਮ੍ਰਿਤ ਤਿਆਰ ਕੀਤਾ ਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕੀਤਾ ਸ੍ਰੀ ਗੋਬਿੰਦ ਰਾਏ ਜੀ ਤੋਂ ਉਹਨਾਂ ਦਾ ਨਾਂ ਬਦਲ ਕੇ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੱਖਿਆ ਗਿਆ ਇਸ ਉੱਤੇ ਸਾਰੇ ਆਕਾਸ਼ ਵਿੱਚ ਸਤਿ ਸ੍ਰੀ ਅਕਾਲ ਦੇ ਜੈਕਾਰੇ ਦੀ ਧੁਨੀ ਜਿਸ ਦਾ ਭਾਵ ਸੀ ਕੇਵਲ ਅਕਾਲੀ ਸਤ ਹੈ ਸਦੀਵੀ ਹੈ ਗੂੰਜ ਪਈ ਉਸ ਦਿਨ ਹਜ਼ਾਰਾਂ ਸਿੱਖਾਂ ਨੇ ਗੁਰੂ ਜੀ ਦੇ ਸ਼ਬਦ ਅੰਮ੍ਰਿਤ ਦਾ ਪਾਨ ਕੀਤਾ ਤੇ ਉਹ ਖਾਲਸਾ ਰੂਪ ਵਿੱਚ ਸਜਾਏ ਗਏ ਇਸ ਅੰਮ੍ਰਿਤ ਨੇ ਡਰਪੋਕ ਗਰੀਬੜੇ ਤੇ ਅਸੀਲ ਲੋਕਾਂ ਨੂੰ ਨਵੇਂ ਖਾਲਸਾ ਪੰਥ ਦੇ ਸਿੰਘਾਂ ਵਿੱਚ ਬਦਲ ਦਿੱਤਾ ਜਿਨ੍ਹਾਂ ਨੂੰ ਅਕਾਲ ਪੁਰਖ ਤੇ ਗੁਰੂ ਨੂੰ ਨਮਸਕਾਰ ਕਰਨ ਲਈ ਹੀ ਸ੍ਰੀ ਸਾਹਿਬ ਨੂੰ ਸਿਰ ਤੋਂ ਹਵਾ ਵਿੱਚ ਘੁਮਾਉਣ ਦੀ ਵਿਧੀ ਸਿਖਾਈ ਸੀ ਅਤੇ ਵਾਹਿਗੁਰੂ ਮੰਤਰ ਜਪਣ ਲਈ ਦਿੱਤਾ ਗਿਆ ਸੀ ਇਸ ਤੋਂ ਪਿੱਛੋਂ ਆਤਮਾ ਦੀ ਸ਼ਕਤੀ ਦੇ ਚਿੰਨ ਰੂਪਾਂ ਵੱਜੋਂ ਸਿੱਖਾਂ ਨੇ ਸ਼ਸਤਰਾਂ ਨੂੰ ਧਾਰਨ ਕਰ ਲਿਆ ਗੁਰੂ ਗੋਬਿੰਦ ਸਿੰਘ ਜੀ ਦੀ ਕੀਤੀ ਗਈ ਇਸ ਨਵੀਂ ਸਿਰਜਣਾ ਦੀ ਕਰਾਮਾਤ ਨੇ ਅਨੰਦਪੁਰ ਨੂੰ ਨਵੀਂ ਉਭਰੀ ਰੱਖਿਆ ਕੌਮ ਦਾ ਕੇਂਦਰੀ ਧਾਮ ਬਣਾ ਦਿੱਤਾ ਜਿਸ ਨਾਲ ਸੁਤੰਤਰਤਾ ਦੀ ਭਾਵਨਾ ਉਭਰੀ ਤੇ ਸਾਰੇ ਫੈਲ ਗਈ ਅਤੇ ਸਾਰੇ ਦੇਸ਼ ਦਾ ਮਹਾਂਦਰਾ ਹੀ ਬਦਲ ਗਿਆ ਜਿੱਥੇ ਪ੍ਰੇਮ ਸਰਵੋਤਮ ਹੋਵੇ ਉੱਥੇ ਜਿਸਿਰ ਦੇ ਵਿੱਚ ਇਸਨੇ ਨਿਵਾਸ ਰੱਖਣਾ ਹੈ ਨੂੰ ਵੀ ਇਸ ਪਾਤੀ ਜਲੋਂ ਨੂੰ ਪੁਸ਼ਾਕ ਵਜੋਂ ਪਹਿਨਣਾ ਚਾਹੀਦਾ ਹੈ ਇਸ ਹਨੇਰੇ ਸੰਸਾਰ ਵਿੱਚ ਆਤਮਾ ਦੇ ਪ੍ਰਕਾਸ਼ ਦਾ ਚਿੰਨ ਦਮਗ ਦੀ ਕਿਰਪਾਨ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ ਮੈਂ ਅਕਾਲ ਪੁਰਖ ਤੇਰਾ ਹਾਂ ਮੌਤ ਮੇਰੇ ਲਈ ਨਾ ਚੀਜ਼ ਹੈ ਮੈਂ ਸ਼ਸਤਰ ਕਿਸੇ ਦੀ ਹੱਤਿਆ ਲੈਣੀ ਤਾਰਨ ਕਰਦਾ ਸਗੋਂ ਉਹਨਾਂ ਦੀ ਚਮਕਾਰ ਨਾਲ ਬੁਜ਼ਦਿਲ ਬਾਦਸ਼ਾਹਾਂ ਦੀਆਂ ਅੱਖਾਂ ਨੂੰ ਚੁੰਧਿਆਉਣਾ ਚਾਹੁੰਦਾ ਹਾਂ ਤਾਂ ਜੋ ਪ੍ਰੇਮ ਦਾ ਸਰਬਸ੍ਰੇਸ਼ਟ ਸਰੂਪ ਆਪਣੇ ਜਲਾਲ ਵਿੱਚ ਅਗਨੀ ਦੇ ਰਤੇ ਹਰਫਾਂ ਵਿੱਚ جگਮਗਾ ਸਕੇ ਮੈਨੂੰ ਇਸ ਧਰਤੀ ਉੱਤੇ ਕਿਸੇ ਰਾਜ ਦੀ ਲੋੜ ਨਹੀਂ ਨਾ ਮੈਨੂੰ ਚਮਕਦੇ ਸੋਨੇ ਦੀ ਤਮਾ ਹੈ ਨਾ ਹੀ ਇਸਤਰੀ ਦੇ ਮੋਹਣੀ ਮੁਖ ਲਈ ਕੋਈ ਖਿੱਚ ਮੇਰੇ ਅੰਦਰ ਹੈ ਮੇਰੀ ਕੋਈ ਵੀ ਜਾਇਦਾਦ ਨਹੀਂ ਹੈ ਸਭ ਕੁਝ ਉਸ ਕਰਤਾਰ ਦਾ ਹੈ ਜੇ ਉਸ ਨੇ ਆਪਣੀ ਕਿਰਪਾਣ ਦੀ ਚਮਕ ਰਾਈ ਮੇਰੇ ਮਸਤਕ ਨੂੰ ਆਪਣੇ ਬ੍ਰह्म ਗਿਆਨ ਦੀ ਦਾਤ ਦੀ ਮੁਸਕਾਨ ਨਾਲ ਸ਼ਿੰਗਾਰ ਦਿੱਤਾ ਹੈ ਤਾਂ ਇਹ ਉਸ ਦੀ ਖੁਸ਼ੀ ਹੈ ਇਸ ਲਈ ਮੇਰਾ ਧਰਮ ਉਸ ਦੀ ਕਿਰਪਾਣ ਯਾਨੇ ਖੰਡੇ ਦਾ ਧਰਮ ਹੈ ਮੇਰੇ ਬਾਰੇ ਕੋਈ ਸ਼ੰਕਾ ਨਹੀਂ ਉਤਪਨ ਹੋਣਾ ਚਾਹੀਦਾ ਮੈਨੂੰ ਸੱਚ ਦਾ ਗਿਆਨ ਹੈ ਮੈਂ ਇਸ ਤੋਂ ਸਿਰਜਿਆ ਗਿਆ ਹਾਂ ਪ੍ਰੀਤਮ ਮੇਰਾ ਰਖਿਅਕ ਹੈ ਉਸ ਦੀ ਰਜ਼ਾ ਵਿੱਚ ਮੇਰੀ ਮੁਕਤੀ ਹੈ ਮੈਨੂੰ ਕਿਸੇ ਕਰਮ ਕਰਨ ਦੀ ਲੋੜ ਨਹੀਂ ਕਿਉਂ ਜੋ ਮੇਰੇ ਕਰਮ ਉਸ ਦੇ ਪ੍ਰੇਮ ਵਿੱਚ ਸਮਾਪਤ ਹੋ ਗਏ ਹਨ ਪਰ ਕਿਉਂ ਜੋ ਇਹ ਉਸ ਦੀ ਰਜ਼ਾ ਹੈ ਇਸ ਲਈ ਮੈਂ ਦੁਖੀ ਮਨੁੱਖਤਾ ਲਈ ਆਪਣੇ ਸ਼ਰੀਰ ਨੂੰ ਬਲੀਦਾਨ ਕਰਨ ਲਈ ਜਾ ਰਿਹਾ ਹਾਂ ਅਤੇ ਸਤਿਗੁਰੂ ਦੇ ਹਿਰਦੇ ਵਿੱਚੋਂ ਅਰਧ ਜਾਗਰਤੀ ਅਵਸਥਾ ਵਿੱਚ ਉੱਭਰ ਕੇ ਮੈਂ ਹੋਰਾਂ ਖਾਤਰ ਮਰਨ ਜਾ ਰਿਹਾ ਹਾਂ ਆਪਣੇ ਖੂਨ ਨਾਲ ਮੈਂ ਇਸ ਪੈਸੇ ਤੇ ਵਣਜ ਦੇ ਸੰਸਾਰ ਵਿੱਚ ਉਨਾਂ ਲਈ ਸ਼ਰੀਰਕ ਤੇ ਸਦਾਚਾਰਕ ਸੁਖ ਖਰੀਦਾਂਗਾ ਮੇਰੀ ਸਿਵਾਇ ਇਸ ਦੇ ਹੋਰ ਕੋਈ ਲਾਲਸਾ ਨਹੀਂ ਹੈ ਕਿ ਮੈਂ ਉਸ ਦਾ ਨਾਮ ਸਿਮਰਦਾ ਮਰਾਂ ਉਸ ਸਮੇਂ ਉਸ ਦੀ ਬਾਣੀ ਮੇਰੇ ਬੁੱਲਾਂ ਤੇ ਹੋਵੇ ਅਤੇ ਮੇਰੇ ਮਨ ਵਿੱਚੋਂ ਉਸ ਦਾ ਨਾਮ ਅੰਮ੍ਰਿਤ ਵਰ ਰਿਹਾ ਹੋਵੇ ਇਸ ਸਮੇਂ ਮੇਰਾ ਇੱਕੋ ਉਦੇਸ਼ ਹੋਵੇ ਕਿ ਮੈਂ ਦੂਜਿਆਂ ਲਈ ਆਪਣੀ ਜਾਨ ਵਾਰ ਦੇਵਾਂ ਤਾਂ ਜੋ ਉਹਨਾਂ ਦੇ ਦੁੱਖਾਂ ਤੇ ਕਸ਼ਟਾਂ ਦੀ ਨਿਵਰਤੀ ਹੋ ਸਕੇ ਇਸ ਲਈ ਮੈਂ ਸਦਾ ਅਰਦਾਸ ਕਰਦਾ ਹਾਂ ਕਿ ਮੈਂ ਕਿਸੇ ਇਕਾਂਤ ਵਾਸ ਵਿੱਚ ਨਾ ਮਰਾਂ ਸਗੋਂ ਰਣ ਖੇਤਰ ਵਿੱਚ ਮਰਾਂ ਇਸ ਮੌਤ ਵਿੱਚ ਮੇਰੀ ਆਪਣੀ ਸ਼ਾਨ ਨਾ ਪ੍ਰਗਟ ਹੋਵੇ ਸਗੋਂ ਇਸ ਵਿੱਚੋਂ ਉਸ ਨਾਮ ਦੀ ਮਹਿਮਾ ਉਜਾਗਰ ਹੋਵੇ ਜੋ ਅਮਰ ਹੈ ਨੋਵਾਂ ਅੰਕ ਅਕਾਲੀ ਸਿੰਘ ਅਨੰਦਪੁਰ ਵਿਚਲੀ ਮਨੁੱਖੀ ਆਤਮਾ ਨੇ ਆਪਣੀ ਅਨੰਦਮਈ ਆਤਮਕ ਸ਼ਕਤੀ ਨੂੰ ਕਈ ਰੂਪਾਂ ਵਿੱਚ ਮੂਰਤੀਮਾਨ ਕੀਤਾ ਹਰ ਨਵੀਂ ਸਵੇਰ ਨੂੰ ਹਵਾ ਮੰਡਲ ਵਿੱਚ ਨਵੇਂ ਵਿਚਾਰ ਤੇ ਫੁਰਨੇ ਕਰਮਸ਼ੀਲ ਹੁੰਦੇ ਖਾਲਸਾ ਪੰਥ ਨੇ ਕਈ ਰੂਪਾਂ ਵਿੱਚ ਆਪਣੇ ਆਪ ਨੂੰ ਨਿਖਾਰਿਆ ਸੇਵਾ ਪੰਥੀ ਨਿਰਮਲੇ ਸਹਿਤਾਰੀ ਸਿੱਖਾਂ ਨੇ ਨਵੇਂ ਜੀਵਨ ਮਾਰਗ ਉਲੀਕਲੇ ਇਹਨਾਂ ਸਭ ਵਿੱਚੋਂ ਨਿਵੇਕ ਲੈਤੇ ਸਿਖਰਲੇ ਅਕਾਲੀ ਸਿੰਘ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਸਭ ਸੰਸਾਰਕ ਜੀਵਨ ਦੀ ਧੂੜ ਤੋਂ ਉਚੇਰਾ ਕਰਕੇ ਧੋ ਲਿਆ ਸੀ ਤੇ ਉਹ ਸ਼ਰੀਰ ਦੇ ਸਾਰੇ ਭਰਮਾਂ ਤੋਂ ਸੁਤੰਤਰ ਹੋ ਗਏ ਸਨ ਉਹ ਤੇ ਗੁਰੂ ਦੇ ਧਿਆਨ ਵਿੱਚ ਪੂਰਨ ਰੂਪ ਵਿੱਚ ਰੰਗੇ ਗਏ ਸਨ ਸੇਵਾ ਪੰਥੀਆਂ ਨੇ ਆਪਣੇ ਆਪ ਨੂੰ ਸੇਵਾ ਦੇ ਕਾਰਜਾਂ ਲਈ ਰਾਖਵਾ ਕਰ ਲਿਆ ਅਤੇ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਜਥੇ ਦੇ ਰੂਪ ਵਿੱਚ ਸਾਹਮਣੇ ਆ ਗਏ ਜੋ ਸੱਜਣ ਤੇ ਵੈਰੀ ਹਰ ਇੱਕ ਦੀ ਇੱਕ ਸਮਾਨ ਸੇਵਾ ਕਰਦੇ ਸਨ ਲੜਾਈ ਦੇ ਮੈਦਾਨ ਵਿੱਚ ਉਹ ਆਪਣੀ ਪਿੱਠ ਤੇ ਚੁੱਕ ਕੇ ਜਲ ਖੜਿਆ ਕਰਦੇ ਸਨ ਅਤੇ ਮਰਨ ਵਾਲਿਆਂ ਦੇ ਧਰਿਆਏ ਹੋਂਠਾਂ ਨੂੰ ਮਿਹਰ ਦਾ ਪਿਆਲਾ ਛਕਾਉਂਦੇ ਸਨ ਇਸ ਤੋਂ ਬਿਨਾਂ ਉਹਨਾਂ ਕੋਲ ਮਰਮ ਪੱਟੀ ਦਾ ਸਮਾਨ ਹੁੰਦਾ ਸੀ ਉਹਨਾਂ ਨੇ ਜਰਾਹੀ ਤੇ ਵੈਦਗੀ ਦੇ ਕਿਤੇ ਵਿੱਚ ਪ੍ਰਵੀਨਤਾ ਗ੍ਰੈਂਡ ਕਰ ਲਈ ਸੀ। ਨਿਰਮਲਿਆ ਨੇ ਵਿਦਿਆ ਤੇ ਗਿਆਨ ਲਈ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ। ਉਹਨਾਂ ਨੇ ਸੰਸਕ੍ਰਿਤ ਤੇ ਵਿਧਾਨ ਦਾ ਅਧਿਐਨ ਕੀਤਾ ਅਤੇ ਸਾਰੇ ਦੇਸ਼ ਵਿੱਚ ਅਨੰਦਪੁਰ ਵਿਖੇ ਰਚ ਗਏ। ਸਹਿਤਿਆ ਦੇ ਗਿਆਨ ਦਾ ਵਿਦਿਆਰਾਹੀ ਪ੍ਰਚਾਰ ਕਰਨ ਲੱਗੇ। ਸਹਿਤਾਰੀ ਸਿੱਖ ਸਦਾਚਾਰਕ ਸ਼ਰਧਾ ਨਾਲ ਬੱਧੇ ਹੋਏ ਸਨ। ਇਹ ਉਹਨਾਂ ਸਿੱਖਾਂ ਲਈ ਸੁੰਦਰ ਨਾਮ ਸੀ। ਜਿਹੜੇ ਹਾਲੀ ਖਾਲਸੇ ਦੀ ਕਿਰਪਾ ਨੂੰ ਤਾਰਨ ਨਹੀਂ ਸੀ ਕਰ ਸਕਦੇ ਕਿਉਂ ਜੋ ਉਸ ਦਾ ਭਾਅ ਤਾਂ ਮੌਤ ਤੇ ਤਬਾਹੀ ਸੀ ਇਹ ਪਿੱਛੇ ਰਹਿੰਦੇ ਖਾਲਸੇ ਦੇ ਹਮਦਰਦ ਸਨ ਅਤੇ ਗੁਰੂ ਜੀ ਦੇ ਗੁਪਤ ਸਿੱਖਾਂ ਵਿੱਚੋਂ ਸਨ ਸੇਵਾ ਤਾਂ ਉਹ ਵੀ ਕਰਦੇ ਸਨ ਜੋ ਉਡੀਕ ਵਿੱਚ ਖੜੋਤੇ ਰਹਿੰਦੇ ਹਨ ਅਕਾਲੀ ਸਿੰਘਾਂ ਨੇ ਗੁਰੂ ਜੀ ਦੇ ਅੰਮ੍ਰਿਤ ਦੇ ਵਧੇਰੇ ਭਾਗ ਨੂੰ ਆਪਣੇ ਅੰਦਰ ਸਮਾ ਲਿਆ ਸੀ ਉਹ ਪਹਿਲਾਂ ਹੀ ਅਮਰ ਹੋ ਚੁੱਕਾ ਸੀ ਸਰੀਰ ਦੇ ਬੰਧਨਾਂ ਤੋਂ ਉੱਚਾ ਉੱਠ ਖਲੋਤਾ ਸੀ ਉਸ ਵਿੱਚ ਮੌਤ ਤੇ ਪਾਪ ਦੀ ਲੈਸ ਮਾਤਰ ਚੇਤਨਤਾ ਵਿਭਾਗੀ ਨਹੀਂ ਸੀ ਰਹੀ ਉਸ ਨੂੰ ਕੋਈ ਸੋਚ ਨਹੀਂ ਸੀ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਉਸ ਵਿੱਚ ਆਤਮਾ ਦੀ ਸ਼ਕਤੀ ਇੰਨੀ ਮਹਾਨ ਸੀ ਕਿ ਉਹ ਮੌਤ ਨੂੰ ਆਕਾਸ਼ੀ ਯਾਨੇ ਚੜਾਈ ਕਰਨਾ ਹੀ ਕਹਿੰਦਾ ਸੀ ਜੇ ਉਹ ਕੱਚੇ ਛੋਲੇ ਖਾਂਦਾ ਤਾਂ ਆਖਦਾ ਕਿ ਸਿੰਘ ਬਾਦਾਮ ਛਕ ਰਿਹਾ ਹੈ ਉਹ ਸੋਨੇ ਤੇ ਚਾਂਦੀ ਦੇ ਸਿੱਕਿਆਂ ਨੂੰ ਛਿੱਲੜ ਤੇ ਠੀਕਰਿਆ ਸਦਾ ਸੀ ਉਸ ਦੀ ਗਿਣਤੀ ਸਵਾ ਲੱਖ ਤੋਂ ਸ਼ੁਰੂ ਹੁੰਦੀ ਸੀ ਜਦੋਂ ਕੋਈ ਅਕਾਲੀ ਸਿੰਘ ਸ਼ਹਿਰ ਵਿੱਚ ਪ੍ਰਵੇਸ਼ ਕਰਦਾ ਤਾਂ ਉਹ ਇਹ ਕਦੀ ਨਾ ਆਖਦਾ ਕਿ ਮੈਂ ਆਇਆ ਹਾਂ ਉਹ ਕਹਿੰਦਾ ਖਾਲਸੇ ਦੀ ਫੌਜ ਆਈ ਹੈ ਜਦੋਂ ਦੂਜੇ ਪੁੱਛਦੇ ਕਿ ਕਿੰਨੀ ਗਿਣਤੀ ਵਿੱਚ ਤਾਂ ਉਹ ਉੱਤਰ ਦਿੰਦਾ ਸਵਾ ਲੱਖ ਜਦੋਂ ਉਸ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਮੰਗਦਾ ਨਹੀਂ ਸੀ ਸਗੋਂ ਉਹ ਆਖਦਾ ਕਿ ਉਹ ਖਾਲਸੇ ਦਾ ਮਾਲੀਆ ਉਗਰਾਉਣ ਆਇਆ ਹੈ ਕੁਝ ਘੱਟ ਸੂਚਿਤ ਲੇਖਕਾਂ ਨੇ ਅਕਾਲੀ ਸਿੰਘ ਦੀ ਤੁਲਨਾ ਮਨੁੱਖੀ ਰੂਪ ਦੇ ਜੰਗਲੀ ਸੂਰ ਨਾਲ ਕੀਤੀ ਹੈ ਕਿਉਂ ਜੋ ਉਹ ਇੱਕ ਜਾਂਗਲੀ ਹੱਥ ਤੱਕ ਸੁਹਿਰਦ ਸੀ ਉਹ ਸਿਰ ਤੋਂ ਲੈ ਕੇ ਪੈਰ ਤੱਕ ਅਸਪਾਤੀ ਸ਼ਸਤਰਾਂ ਨਾਲ ਸ਼ਸਤਰਬੱਧ ਸੀ ਉਸ ਦਾ ਮਾਸ ਵੀ ਲੋਹੇ ਦਾ ਸੀ ਅਤੇ ਜੇ ਕੋਈ ਉਸ ਨੂੰ ਗਲਤੀ ਨਾਲ ਛੋ ਜਾਵੇ ਤਾਂ ਉਸ ਦੀਆਂ ਅੱਖਾਂ ਵਿੱਚੋਂ ਤਬਾਈ ਦੀ ਨੀਲੀ ਅਗਨੀ ਚਮਕ ਉੱਠਦੀ ਸੀ ਪਰ ਉਹ ਦੇਵੀ ਬਾਣੀ ਦੇ ਅੰਮ੍ਰਿਤ ਨਾਲ ਭਰਪੂਰ ਸੀ ਜੇ ਕੋਈ ਉਸ ਨੂੰ ਦੋ ਟੁਕੜੇ ਕਰਦਾ ਤਾਂ ਉਸ ਦੀਆਂ ਹੱਡੀਆਂ ਦੇ ਰਤ ਵਿੱਚੋਂ ਹਰਿ ਨਾਮ ਤੋਂ ਬਿਨਾਂ ਹੋਰ ਕੁਝ ਵੀ ਨਾ ਮਿਲਦਾ ਕੀ ਇਹ ਇੱਕ ਅਚੰਭਾ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸੱਦੇ ਉੱਪਰ ਅਜੇ ਪੁਰਸ਼ ਸਾਹਮਣੇ ਆਏ ਜਿਨ੍ਹਾਂ ਨੇ ਛੇਤੀ ਹੀ ਦੇਸ਼ ਵਿੱਚੋਂ ਦੁਰਬਲਤਾ ਦੂਰ ਕਰ ਦਿੱਤੀ ਅਤੇ ਗੁਰੂ ਜੀ ਦੀ ਸ਼ਖਸੀਅਤ ਲਈ ਉਹ ਸਨਮਾਨ ਜਿੱਤ ਲਿਆ ਜੋ ਵੱਡੇ ਵੱਡੇ ਬਾਦਸ਼ਾਹ ਨੂੰ ਨਹੀਂ ਮਿਲਿਆ ਅਕਾਲੀ ਦਾ ਭਾਵੇਂ ਅਮਰ ਤੇ ਅਕਾਲ ਸਰੂਪ ਯਾਨੀ ਜਿਸ ਤੇ ਸਮੇ ਦਾ ਅਸਰ ਨਹੀਂ ਹੁੰਦਾ ਹੈ ਮੈਨੂੰ ਕਤਲ ਕਰ ਦਿਓ ਟੁਕੜੇ ਕਰ ਦਿਓ ਮੈਂ ਨਹੀਂ ਮਰਾਂਗਾ ਮੈਂ ਅਕਾਲੀ ਹਾਂ ਇਸ ਦਰਵਾਜ਼ੇ ਮੈਂ ਜਾਂਦਾ ਹਾਂ ਉਸ ਦਰਵਾਜ਼ੇ ਮੈਂ ਫਿਰ ਆ ਜਾਂਦਾ ਹਾਂ ਉਸ ਯਾਨੀ ਪ੍ਰੀਤਮ ਦੀ ਛੋਹ ਨੇ ਮੈਨੂੰ ਮੁਕਤ ਕਰ ਦਿੱਤਾ ਹੈ ਮੈਂ ਸੰਪੂਰਨ ਗਿਆਨ ਹਾਂ ਮੈਂ ਸੰਪੂਰਨ ਪਵਿੱਤਰਤਾ ਤੇ ਮੈਂ ਸੰਪੂਰਨ ਪ੍ਰੇਮ ਹਾਂ ਅਕਾਲੀ ਸ਼ੈਨਸ਼ਾ ਔਰੰਗਜ਼ੇਬ ਨੂੰ ਔਰੰਗਾ ਕਹਿ ਕੇ ਹੀ ਪੁਕਾਰਦੇ ਸਨ ਇਹ ਉਹਨਾਂ ਨੇ ਉਸ ਦਾ ਛੋਟਾ ਨਾਂ ਰੱਖਿਆ ਹੋਇਆ ਸੀ ਉਹਨਾਂ ਦੀ ਭਾਸ਼ਾ ਵਿੱਚ ਸ਼ਾਨ ਸ਼ੌਕਤ ਵਾਲੇ ਸੰਸਾਰ ਗਿਣੜਤ ਵਸਤੂ ਬਣ ਜਾਏ ਉਹ ਕਿਸੇ ਬਾਦਸ਼ਾਹ ਨੂੰ ਨਹੀਂ ਸਨ ਮੰਨਦੇ ਇਸੇ ਕਾਰਨ ਅੰਗਰੇਜ਼ ਸ਼ਾਸਨ ਦੇ ਸਮੇਂ ਪੰਜਾਬ ਵਿੱਚ ਅਕਾਲੀਆਂ ਨੂੰ ਸਤਕਾਰ ਨਾਲ ਨਹੀਂ ਸੀ ਵਿਖਿਆ ਜਾਂਦਾ ਬਿਨਾਂ ਕਿਸੇ ਦੀ ਨੀਤੀ ਤੇ ਸ਼ੱਕ ਕੀਤਿਆਂ ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਵਰਤਮਾਨ ਯਾਨੀ ਅੰਗਰੇਜ਼ੀ ਹਾਕਮਾਂ ਨੇ ਆਪਣੇ ਸਾਧਾਰਨ ਪ੍ਰਬੰਧ ਵਿੱਚ ਹੀ ਅਕਾਲੀ ਸਿੰਘਾਂ ਦੀ ਹੋਂਦ ਲਈ ਅਸੰਭਵ ਵਾਤਾਵਰਣ ਪੈਦਾ ਕਰ ਦਿੱਤਾ ਹੈ ਕਿਉਂ ਜੋ ਉਹ ਆਪਣੇ ਨੀਲੇ ਵਸਤਰਾਂ ਦੀ ਅਨੰਤ ਸਵੈ ਵਿਸ਼ਵਾਸ ਅਗੰਮੀ ਸ਼ਾਨ ਅਤੇ ਆਪਣੇ ਗੁਰੂ ਪ੍ਰਤੀ ਸ਼ਰਧਾ ਬੱਚਿਆਂ ਵਰਗੇ ਪ੍ਰੇਮ ਤੇ ਸਾਦਗੀ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਸੀ ਕਰਨ ਦੇਂਦੇ ਭਾਰਤ ਵਿੱਚ ਖਾਲਸਾ ਪੰਥ ਦੀ ਸਿਰਜਣਾ ਗੁਰੂ ਨਾਨਕ ਜੀ ਦੀ ਪ੍ਰਤਿਭਾ ਸੀ ਅਤੇ ਇਹ ਉਹਨਾਂ ਦੇ ਸ਼ਬਦ ਦਾ ਸਾਖਿਆਤ ਲਿਪੀਗਤ ਸਰੂਪ ਹੈ ਦਸ਼ਮੇਸ਼ ਗੁਰੂ ਜੀ ਦੇ ਅੰਮ੍ਰਿਤ ਨੇ ਉੱਚੇ ਨੀਵੇਂ ਤਬਕਿਆਂ ਤੇ Hindu Musalman ਦੇ ਵਿਤਕਰੇ ਨੂੰ ਮਿਟਾ ਕੇ ਮਨੁੱਖਾਂ ਨੂੰ ਨਵੇਂ ਰੂਪ ਵਿੱਚ ਉਜਾਗਰ ਕਰ ਦਿੱਤਾ ਸੀ ਅਮਰਤ ਛਕਣ ਪਿੱਛੋਂ ਖਾਲਸੇ ਉੱਪਰ ਪਿਤਾ ਪੁਰਖੀ ਦੇ ਸੰਸਕਾਰਾਂ ਦੀ ਛਾਪ ਮਿਟ ਜਾਂਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਦੀ ਸਿਰਜਣਾ ਇੱਕ ਮੁਕੰਮਲ ਸਰੂਪ ਵਿੱਚ ਇਸ ਤਰ੍ਹਾਂ ਕੀਤੀ ਜਿਸ ਤਰ੍ਹਾਂ ਜੁਪੀਟਰ ਨੇ ਆਪਣੇ ਮਸਤਕ ਵਿੱਚੋਂ ਘੜੀ ਕੜਾਈ ਮਿਨਰਵਾ ਪੈਦਾ ਕੀਤੀ ਸੀ। ਖਾਲਸੇ ਦੀ ਸਿਰਜਣਾ ਵਿੱਚ ਉਹਨਾਂ ਤੱਤਾਂ ਨੂੰ ਵਰਤਿਆ ਗਿਆ ਜਿਹੜੇ ਕਿ ਇੱਕ ਵਿਸ਼ਵ ਵਿਆਪੀ ਕੌਮ ਦੀ ਰਚਨਾ ਵਿੱਚ ਜ਼ਰੂਰੀ ਹਨ। ਖੌਲ ਸੇ ਦੇ ਸਰੂਪ ਵਿੱਚ ਆਪ ਦਾ ਵਿਸ਼ਵ ਵਿਆਪੀ ਮਹਾ ਮਾਨਵ ਪ੍ਰਗਟ ਹੁੰਦਾ ਹੈ ਜੋ ਅਨੰਦ ਦੀ ਸ਼ਾਂਤਿ ਅਤੇ ਸ਼ਕਤੀ ਵਿੱਚ ਮਖਮੂਰ ਹੈ ਅਤੇ ਜੋ ਇਸ ਉਪਰੰਤ ਵੀ ਇਸਤਰੀ ਸਮਾਨ ਮਿਠਾਸ ਪਰਿਆ ਯਾਨੀ ਦਿਲ ਖਿੱਚਵਾ ਹੈ ਤੇ ਬੱਚੇ ਸਮਾਨ 마ਸੂਮ ਨਿਸ਼ਕਪਟ ਹੈ ਜੋ ਸਭ ਦਾ ਭਾਈ ਹੈ ਜੋ ਕਿਸੇ ਨੂੰ ਵੀ ਡਰਾਉਂਦਾ ਨਹੀਂ ਨਾ ਹੀ ਕਿਸੇ ਤੋਂ ਡਰਦਾ ਹੈ ਗੁਰੂ ਜੀ ਨੇ ਉਹਨਾਂ ਨੂੰ ਉਹ ਸਰੂਪ ਬਖਸ਼ ਦਿੱਤਾ ਜੋ ਉਹਨਾਂ ਲਈ ਆਦਰਸ਼ ਅਨਸਾਰ ਪ੍ਰਭੂ ਦੇ ਉਹਨਾਂ ਵਿਸ਼ਵ ਵਿਆਪੀ ਮਹਾ ਮਾਨਵਾਂ ਦਾ ਸੰਭਵ ਸੀ ਜਿਹੜੇ ਦੇਸ਼ਾਂ ਕੌਮਾਂ ਜਾਤੀਆਂ ਤੇ ਧਰਮਾਂ ਆਦਿ ਦੇ ਬੰਧਨਾਂ ਤੋਂ ਮੁਕਤ ਸਨ ਖਾਲਸਾ ਦੇ ਸਰੂਪ ਵਿੱਚ ਭੂਤ ਤੇ ਭਵਿੱਖ ਦੇ ਆਤਮਿਕ ਤੌਰ ਤੇ ਜੀਵਤ ਮਨੁੱਖ ਦੇ ਸਾਰੇ ਚਿੰਨ ਤੇ ਗੁਣ ਮੌਜੂਦ ਹਨ ਇਸੇ ਲਈ ਇਹ ਇੱਕ ਨਵੀਂ ਸਿਰਜਣਾ ਸੀ ਗੁਰੂ ਜੀ ਦਾ ਆਨੰਦਪੁਰ ਹੁਣ ਖਾਲਸਾ ਜੀ ਦਾ ਆਨੰਦਪੁਰ ਬਣ ਗਿਆ ਖਾਲਸਾ ਮਿਲ ਕੇ ਇੱਕੋ ਸਾਂਝੇ ਕਠ ਨਾਲ ਨਵੇਂ ਮੰਤਰ ਦਾ ਉਚਾਰਨ ਕਰਦਾ ਜਿਸ ਦੀ ਕੜਕਵੀਂ ਗਰਜ ਸਤਸ੍ਰੀ ਅਕਾਲ ਦੇ ਜੈਕਾਰੇ ਦੇ ਰੂਪ ਵਿੱਚ ਪਹਾੜੀਆਂ ਵਿੱਚ ਗੂੰਜਾਰਾਂ ਪਾਉਂਦੀ ਖਾਲਸਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚੀ ਸ੍ਰੀ ਪਗੋਤੀ ਦੀ ਵਾਰ ਨੂੰ ਨਿਤਨੇਮ ਦੇ ਰੂਪ ਵਿੱਚ ਗਾ ਕੇ ਆਪਣੇ ਅੰਦਰ ਬੀੜਤਾ ਨੂੰ ਭਰ ਲੈਂਦਾ ਗੁਰੂ ਜੀ ਨੇ ਇਹ ਬਾਣੀ ਪੁਰਾਤਨ ਦੇਵੀ ਦੀ ਉਪਮਾ ਵਿੱਚ ਰਚੀ ਸੀ ਪਰ ਉਹਨਾਂ ਨੇ ਤਾਂ ਉਸ ਦੇਵੀ ਦੀ ਉਪਮਾ ਵਿੱਚ ਵਰਤੇ ਗਏ ਸੰਸਕ੍ਰਿਤ ਦੇ ਸ਼ਬਦਾਂ ਨੂੰ ਹੀ ਵਰਤਿਆ ਸੀ ਤੇ ਅਸਲ ਵਿੱਚ ਉਹਨਾਂ ਨੇ ਸ੍ਰੀ ਭਗਉਤੀ ਯਾਨੀ ਖੰਡੇ ਦੀ ਵਾਰ ਹੀ ਰਚੀ ਸੀ ਨਵੀਂ ਇਤਿਹਾਸ ਵਿੱਚ ਪਾਈ ਰਾਮ ਸਿੰਘ ਨਾਮਧਾਰੀ ਜੀ ਦੀ ਅਗਵਾਈ ਵਿੱਚ ਉਸੇ ਵਾਹਿਗੁਰੂ ਮੰਤਰ ਤੋਂ ਪ੍ਰੇਰਣਾ ਯਾਨੀ ਸ਼ਕਤੀ ਪ੍ਰਾਪਤ ਕਰਕੇ ਪੁਰਾਤਨ ਖਾਲਸਾ ਦਾ ਸਮਰੂਪ ਪੰਥ ਸੰਤ ਖਾਲਸਾ ਉੱਠਿਆ ਜੋ ਕੂਕੇ ਸੰਨ ਜਿਨ੍ਹਾਂ ਨੂੰ ਪਿਛਲੀ ਪੀੜੀ ਦੇ ਲੋਕਾਂ ਨੇ ਚੌਕੜਾ ਮਾਰ ਕੇ ਨਾਮ ਸਿਮਰਨ ਦੀ ਧਿਆਨੀ ਮੁਦਰਾ ਵਿੱਚ ਬੈਠਿਆਂ ਵੇਖਿਆ ਹੈ ਜੋ ਇਸ ਭਗੋਤੀ ਦੀ ਵਾਰ ਨੂੰ ਗਾਉਂਦੇ ਸਨ ਅਤੇ ਆਪਣੇ ਉਸੇ ਆਸਣ ਵਿੱਚ ਬਿਰਾਜਮਾਨ ਹੋ ਕੇ ਪੰਛੀ ਹਾਰ ਉੱਚਾ ਉੱਠਦੇ ਤੇ ਸਤਸ੍ਰੀ ਅਕਾਲ ਸਤਸ੍ਰੀ ਅਕਾਲ ਦੀ ਉੱਚੀ ਕੂਕੜਦੇ ਸਨ ਇਸ ਦੀ ਮੂਲ ਤੁਹਾਨੀ ਦੀ ਅਨੰਤ ਪੁਰਵਖੇ ਕਲਪਨਾ ਕੀਤੀ ਜਾ ਸਕਦੀ ਹੈ ਜੋ ਵੀ ਉਸ ਸਮੇਂ ਅਨੰਦਪੁਰ ਜਾਂਦਾ ਉਸ ਨੂੰ ਉੱਥੇ ਨਵਾਂ ਸੰਸਾਰ ਦਿਖਾਈ ਦਿੰਦਾ ਜਿਵੇਂ ਕਿ ਆਕਾਸ਼ ਦੀ ਇੱਕ ਨੁੱਕਰ ਤੋਂ ਪਰਦਾ ਚੁੱਕ ਦਿੱਤਾ ਗਿਆ ਹੋਵੇ ਅਤੇ ਇਥੋਂ ਦੇਵ ਮੰਡਲ ਦੇ ਜੀਵਨ ਦੀ ਝਲਕ ਸਪਸ਼ਟ ਦਿਖਾਈ ਦੇਂਦੀ ਹੋਵੇ ਕਿਉਂਕਿ ਜੋ ਸੱਚੀ ਗੱਲ ਤਾਂ ਇਹ ਹੈ ਕਿ ਜਿਹੜੇ ਰੱਬੀ ਜੋਤ ਦੇ ਆਕਾਰ ਗੁਰੂ ਜੀ ਨੇ ਸੰਸਾਰ ਵਿੱਚ ਰਚੇ ਸਨ ਉਹ ਇਸ ਧਰਤੀ ਦੇ ਪ੍ਰਤੀ ਨਹੀਂ ਸੀ ਹੁੰਦੇ ਇਸ ਆਨੰਦ ਦੇ ਸ਼ਹਿਰ ਵਿੱਚ Hindu ਤੇ Musalmana ਦੇ ਯਾਤਰੀ ਜਥੇ ਰੱਬੀ ਗੀਤ ਗਾਉਂਦੇ ਆਉਂਦੇ ਇਸ ਵਿੱਚ ਦਿਨ ਰਾਤ ਨਾਮ ਦਾ ਮਹਾਂ ਸੰਗੀਤ ਗੂੰਜਦਾ ਦਿਖਾਈ ਦਿੰਦਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ